ਸਾਰੇ ਰਿਸ਼ਵਤ ਦੱਸ ਵੀ ਕਿੰਨੇ ਮੰਗੇ ਜੇ ਤਾਂ 7 ਲੱਖ ਰੁਪਇਆ 7 ਲੱਖ ਰੁਪਏ ਚ ਕੰਮ ਹੁੰਦਾ ਬਿਨਾਂ 7 ਲੱਖ ਤੋਂ ਕੰਮ ਨੀ ਹੁੰਦਾ ਤਹਿਸੀਲਦਾਰ ਸਾਹਿਬ 8 ਮਹੀਨੇ ਹੋ ਗਏ ਭਰਾਓ ਇੱਥੇ ਮਰਦਾਬਾਦ ਰਿਸ਼ਵਤ ਖੋਰੀ ਮਰਦਾਬਾਦ ਤਹਿਸੀਲਦਾਰ ਸਾਹਿਬ ਚ ਪਟਵਾਰੀ ਸਾਹਿਬ ਚ ਸਾਡਾ ਇੰਤਕਾਲ ਆ ਮਨਜ਼ੂਰੀ ਲਈ ਪੇਸ਼ ਆ ਇਹ ਕਹਿੰਦੇ ਜੀ ਨਾ ਮਨਜ਼ੂਰ ਕਰਕੇ ਅਸੀਂ SDM ਦੇ ਭੇਜਾਂਗੇ ਸਾਨੂੰ ਇਹਦਾ ਰਿਟਰਨ 6 ਮਹੀਨੇ ਦੀ ਗੱਲ ਹੋਣਗੇ ਸਾਨੂੰ 6 ਮਹੀਨੇ ਸੱਤ ਅੱਠ ਮਹੀਨੇ ਹੋ ਗਏ ਨਾ ਤਾਂ ਕੋਈ ਇੱਥੇ ਸੁਣਦਾ ਆਉਂਦੇ ਹਾਂ ਦੁਪਹਿਰ ਚੁੱਕਣੇ ਮੁੜ ਜਾਂਦੇ ਹਾਂ ਕੋਈ ਇੱਥੇ ਕੰਮ ਨੀ ਹੁੰਦਾ ਕਿਸੇ ਦਾ ਵੀ ਉਈ ਕਹੀ ਜਾਂਦੇ ਨੇ ਕੰਮ ਸਾਹਿਬ ਕਹਿੰਦੇ ਗੰਦ ਚੱਕਿਆ ਗਿਆ ਪਹਿਲੀਆਂ ਸਰਕਾਰਾਂ ਸਾਹਿਬ ਦੀ ਗੰਦ ਤਾਂ ਹੁਣ ਪਿਆ ਹੁਣ ਫੋੜੇ ਦਾ ਵੀ ਸਾਫ਼ ਨੀ ਹੋਣਾ ਇੰਤਕਾਲਾ ਮਨਜ਼ੂਰੀ ਲਈ ਪੇਸ਼ ਆ ਫਰਦ ਦੇ ਉੱਤੇ ਅੱਜ ਵੀ ਤਾਜ਼ੀ ਫਰਦ ਆ ਇਹ ਉਹਨੂੰ ਮਨਜ਼ੂਰ ਨੀ ਕਰ ਰਹੇ 7 ਲੱਖ ਰੁਪਇਆ ਮੰਗ ਰਹੇ 1 ਲੱਖ ਰੁਪਇਆ ਕਿੱਲੇ ਦੀ ਸਭ ਤੋਂ ਮੰਗ ਕਰ ਰਹੇ ਨੇ 20,000 ਰੁਪਏ ਤੋਂ ਲੱਤਾਂ ਹੁਣ ਆਈ ਜੀ 20-25,000 ਪਟਵਾਰੀ ਸਭ ਤੋਂ ਪਹਿਲਾਂ ਲੈ ਗਿਆ ਜੀ ਇਸੇ ਕੰਮ ਦੇ ਆਧਾਰ ਤੇ ਸੁਣੋ ਗੱਲ ਇਹ ਹੁੰਦੀ ਆ ਤੁਸੀਂ ਜਿਹੜੀ ਬਦਨਾਮੀ ਕਰਦੇ ਜੀ ਉਹ ਤਾਂ ਕਰਤੀ ਐਵੇਂ ਨੀ ਕਰੀਦਾ ਹੁੰਦਾ ਬਿਲਕੁਲ ਤੁਸੀਂ ਲੈ ਕੇ ਆਏ ਅਸੀਂ ਜ਼ਮੀਨ ਦਾ ਇੰਤਕਾਲ ਕਰਾਉਣਾ ਜੀ ਠੀਕ ਆ ਉਹ ਇੰਤਕਾਲ ਨੀ ਜੀ ਸਾਡੇ ਨਾਲ ਚੜ ਰਿਹਾ ਮਾਨਕੀ ਠੀਕ ਆ ਜੀ ਸਾਡੇ ਡੈਡੀ 2022 ਚ ਡੈਥ ਹੋ ਗਈ ਸੀਗੀ ਅਸੀਂ 5 ਜਣੇ ਹੈਗੇ ਆ ਮਾਲਕ ਠੀਕ ਆ ਇਹਨਾਂ ਨੂੰ ਦੱਸਿਆ ਵੀ ਹੋਇਆ ਤਹਿਸੀਲਦਾਰ ਤੇ ਪਟਵਾਰੀ ਨੂੰ ਉਹ ਸਾਡੇ ਨਾਂ ਨੀ ਇਹ ਕਰ ਰਹੇ ਸਾਨੂੰ 8 ਮਹੀਨੇ ਹੋ ਗਏ ਇੱਥੇ ਗੇੜੇ ਮਾਰਦਿਆਂ ਨੂੰ ਕਿਤੇ ਦੁਪਹਿਰ 'ਚ ਆਉਂਦੇ ਹਾਂ ਕਿਤੇ ਕਿਵੇਂ ਉੱਕਣੇ ਮੋੜ ਦਿੰਦੇ ਨੇ ਜੀ ਆਏ ਨੂੰ ਸਾਡਾ ਸਭ ਕੁਝ ਖਾਨਾ ਐਨ ਖਰਾਬ ਹੋਇਆ ਪਿਆ ਲਿਮਟ ਵਾਲੇ ਸਾਡੇ ਘਰ ਆਉਂਦੇ ਨੇ ਠੀਕ ਆ ਸਕੂਲ 'ਚੋਂ ਸਾਡੇ ਬੈਂਡ 'ਚੋਂ ਜਵਾਕ ਲਾ ਤੇ ਜੀ ਸਕੂਲ ਵਾਲੀ 'ਚੋਂ ਇਹ ਫੇਰ ਨਹੀਂ ਸੁਣਦੇ ਸਾਡੀ ਜੀ ਬਸ ਇਹੀ ਵੀ ਇੰਤਕਾਲ ਚਾੜਾਂਗੇ ਕਿਉਂਕਿ ਮੇਰਾ ਬ੍ਰਦਰ ਆ ਸੀ ਨਾਲ ਮੇਰੀ ਭਾਬੀ ਸੀਗੀ ਆਈ ਠੀਕ ਆ ਜੀ ਇਹਨਾਂ ਨੇ 10,000 ਰੁਪਇਆ ਪਟਵਾਰੀ ਨੂੰ ਦੇ ਕੇ ਵੀ ਰੱਖਿਆ ਉਹਨੇ 10-15 ਦਿਨ ਬਾਅਦ ਫੇਰ ਮੋੜਤਾ ਮਾਮਲਾ ਇਹ ਆ ਜੀ ਇਹ ਮੇਰੇ ਪਿੰਡ ਤੋਂ ਮੇਰੇ ਦੋਸਤ ਨੇ ਜਸਵੀਰ ਸਿੰਘ ਤੇ ਬਲਜੀਤ ਸਿੰਘ ਇਹਨਾਂ ਦੀ ਜ਼ਮੀਨ ਦੇ ਸੰਬੰਧ 'ਚ ਮਾਮਲਾ ਜੀ ਇਹ ਇੰਤਕਾਲ ਦਰਜ ਆ ਜੀ 11/7/2024 ਦਾ ਪਹਿਲਾਂ ਇਹਦੀ ਪੜਤਾਲ ਹੋਈ ਆ ਹੁਣ ਇਹ ਮਨਜ਼ੂਰੀ ਲਈ ਪੇਸ਼ ਆ ਤਹਿਸੀਲਦਾਰ ਸਾਹਿਬ ਨਾਲ ਅਸੀਂ ਗੱਲ ਕਰੀ ਉਹ ਕਹਿੰਦੇ ਵੀ ਅਸੀਂ ਇਹਨੂੰ SDM ਸਾਹਿਬ ਦੇ ਮਤਨਾਜ਼ਾ ਕਰਕੇ ਭੇਜ ਦਿੰਦੇ ਹਾਂ ਪਰ ਸਾਨੂੰ ਇਸ ਦਾ ਰੀਜ਼ਨ ਦੱਸਿਆ ਜਾਵੇ ਵੀ ਇਹਦੇ ਉੱਤੇ ਕੋਈ ਐਪਲੀਕੇਸ਼ਨ ਲੱਗੀ ਆ ਜਾਂ ਉੱਤੇ ਕੋਈ ਐਲੀਗੇਸ਼ਨ ਆ ਇੰਤਕਾਲ 'ਤੇ ਜੇ ਇਸ 'ਤੇ ਕੋਈ ਐਲੀਗੇਸ਼ਨ ਇਹ ਨਹੀਂ ਹੈਗਾ ਫਿਰ ਅੱਗੇ ਭੇਜਣ ਦਾ ਕੀ ਮੁੱਦਾ ਬਣਦਾ ਜੀ ਹਾਂਜੀ ਪਟਵਾਰੀ ਮੈਂ ਪਹਿਲਾਂ ਪਟਵਾਰੀ ਕੋਲ ਗਿਆ ਪਟਵਾਰੀ ਨੂੰ ਮੈਂ ਪਹਿਲਾਂ 20,000 ਰੁਪਇਆ ਦਿੱਤਾ ਵੀ ਇਸ ਸੰਬੰਧ ਦੇ ਵਿੱਚ ਜੀ ਉਹਨੇ 7 ਲੱਖ ਰੁਪਇਆ 1 ਲੱਖ ਰੁਪਏ ਕਿੱਲੇ ਦੀ ਮੰਗ ਕਰੀ ਕਹਿੰਦਾ ਤਹਿਸੀਲਦਾਰ ਸਾਹਿਬ 1 ਲੱਖ ਰੁਪਏ ਕਿੱਲਾ ਮੰਗ ਰਹੇ ਨੇ ਤੁਹਾਡਾ ਇੰਤਕਾਲ ਮਨਜ਼ੂਰ ਕਰਾ ਦਿੰਦੇ 7 ਕਿੱਲੇ ਨੇ ਜੀ ਟੋਟਲ 7 ਲੱਖ ਰੁਪਇਆ ਫਿਰ ਸ਼ੁੱਕਰਵਾਰ ਨੂੰ ਉਹਨਾਂ ਨੇ ਪਟਵਾਰੀ ਸਾਹਿਬ ਨੇ ਮੈਨੂੰ ਕਿਹਾ ਵੀ ਸੋਮਵਾਰ ਤੁਸੀਂ ਲੰਬੜਦਾਰ ਨੂੰ ਲਿਆਇਓ ਮੈਂ ਤੁਹਾਡਾ ਇੰਤਕਾਲ ਮਨਜ਼ੂਰ ਕਰਾ ਦੂੰਗਾ ਲੰਬੜਦਾਰ ਸਾਹਿਬ ਸਾਡੇ ਨਾਲ ਨੇ ਉੱਧਰ ਬਾਅਦ ਤਹਿਸੀਲ 'ਚ ਬੈਠੇ ਨੇ ਅਸੀਂ ਉਹ ਪਟਵਾਰੀ ਸਾਹਿਬ ਕੋਲ ਲੈ ਕੇ ਵੀ ਗਏ ਹਾਂ
ਦੇਖ ਲੋ ਤੁਸੀਂ ਇਹਦੇ ਵਿੱਚ ਜੇ ਕੋਈ ਨੁਕਸਾ ਜੀ ਤਾਂ ਮੈਨੂੰ ਦੱਸ ਦੋ, ਮੈਂ ਇਹਦਾ ਜਵਾਬ ਦੇ ਹਾਂ। ਇਹਦੇ ਵਿੱਚ ਕੋਈ ਨੁਕਸਾ ਨਹੀਂ ਹੈਗਾ, ਦੇਖ ਲੋ ਮਨਜ਼ੂਰੀ ਲਈ ਪੇਸ਼ਾ। ਨਹੀਂ ਮੈਨੂੰ ਇਸ ਬਾਰੇ, ਮੈਂ ਆਪਣੇ ਰੂਮ 'ਚ ਬੈਠਾ ਹੈਗਾ, ਬਾਹਰ ਜੋ ਵੀ ਪਬਲਿਕ ਇਕੱਠੀ ਹੋਈ ਹੈ ਉਹ ਪਟਵਾਰੀ ਦਾ ਨਾਮ ਲੈ ਰਹੀ ਹੈਗੀ। ਬਟ ਮੈਂ ਪਟਵਾਰੀ ਨੂੰ, ਇਹ ਪਹਿਲਾਂ ਮੇਰੇ ਕੋਲ ਸਵੇਰੇ ਆਏ ਸੀਗੇ, ਸਾਰੇ ਪਟਵਾਰੀ ਨੂੰ ਬੁਲਾਇਆ ਸੀ, ਕਾਨੂੰ ਕੋਲ ਵੀ ਸਾਰੇ ਆਏ ਸੀਗੇ, ਅਤੇ ਇਹਨਾਂ ਨੇ ਮੈਨੂੰ ਅੱਗੇ ਦੱਸਿਆ ਵੀ ਇੱਦਾਂ ਦਾ ਗੱਲ ਹੈ, ਸਾਡਾ ਇੰਤਕਾਲ ਜਿਹੜਾ ਹੈਗਾ ਤੁਸੀਂ ਨਾ ਮਨਜ਼ੂਰ ਕਰਤਾ ਹੈਗਾ। ਮੈਂ ਪਟਵਾਰੀ ਤੋਂ ਮੰਗਵਾਇਆ ਸੀ ਰਿਪੋਰਟ, ਉਸ ਮੁਤਾਬਕ ਹੈ 23 ਤਰੀਕ ਨੂੰ ਨਾ ਮਨਜ਼ੂਰ ਹੋਇਆ ਹੋਇਆ ਇੰਤਕਾਲ, ਔਰ ਪਟਵਾਰੀ ਦਾ ਔਰ ਕਾਨੂੰ ਸਾਹਿਬ ਦਾ ਨੋਟ ਲਿਖਿਆ ਵੀ ਇਹ ਕੁਰਸੀ ਜਮਾ ਤਸਦੀਕ ਨਹੀਂ ਹੋਇਆ, ਧੀਰਾਂ ਨੂੰ ਕਈ ਵਾਰ ਫਲਾਨ 'ਤੇ ਕਿਹਾ ਪਰੰਤੂ ਨਹੀਂ ਹੋਇਆ, ਇਸ ਕਰਕੇ ਮੇਰੇ ਵੱਲੋਂ ਨਾ ਮਨਜ਼ੂਰ ਹੋ ਚੁੱਕਾ ਹੈ। ਪਰ ਉਹਨਾਂ ਪੀੜਤ ਪਰਿਵਾਰ ਦਾ ਇਹ ਗੱਲ ਕਹਿਣਾ ਕਿ 7 ਲੱਖ ਜੋ ਮੰਗਿਆ ਗਿਆ ਉਹਨਾਂ ਦਾ ਕਹਿਣਾ ਕਿ 7 ਲੱਖ ਤੁਹਾਨੂੰ ਦੇ ਦਿਓ ਅਤੇ ਕੱਲ੍ਹ ਇੰਤਕਾਲ ਚੜ ਜਾਵੇ। ਨਹੀਂ ਜੀ, ਮੇਰੇ ਕੋਈ ਐਸੀ ਕੋਈ ਨੌਲੇਜ ਨਹੀਂ ਹੈ, ਔਰ ਨਾ ਹੀ ਇਸ ਤਹਿਸੀਲ ਦੇ ਵਿੱਚ ਕੋਈ ਕਿਸੇ ਤੋਂ ਪੈਸਾ ਲਿਆ ਜਾਂਦਾ। ਪਟਵਾਰੀ ਬਾਰੇ ਬਾਹਰ ਜੋ ਉਹਨਾਂ ਨੇ ਕਿਹਾ ਹੈਗਾ ਮੈਨੂੰ